दोस्तों आज असी 30 सितंबर के दिन हुई घटनावां जिन्होंने सिख तारीख ने रिकॉर्ड किया चर्चा करांगे। सब तो पहली घटना साढ़े को 1953 की है। 30 सितंबर 1953 के दिन श्रोमणी अकाली दल ने पछड़िया जातां दे सिखां दे हकां वास्ते उन्होंने राखवा करन दे हकां वास्ते जिहड़ा जद्दोजहद करन दा ऐलान किया। चेते रहे कि कंस्टीट्यूएंट असैंबली ने भारत का नवा विधान बनाना शुरू किया होया सीगा ते जो 1949 इस नवे विधान के उत्ते बहस हो रही थी तो इस संविधान के उत्ते बहस के दौरान 25 मई 1949 के दिन पछड़ियां जातां नूं राखवा करन ते होर सहूलतां देण संबंधी सिफारशां दी जदों गल चली ਤਾਂ ਪਟੇਲ ਜਿਹੜਾ ਕਿ ਫਿਰਕਾ ਪ੍ਰਸਤ ਸੀਗਾ ਸਾਰੇ ਜਾਣਦੇ ਆ, ਉਸਨੇ ਐਲਾਨ ਕੀਤਾ ਕਿ ਸਿਰਫ ਹਿੰਦੂਆਂ ਨੂੰ ਹੀ ਇਹ ਸਹੂਲਤਾਂ ਦਿੱਤੀਆਂ ਜਾਣਗੀਆਂ ਕਿਉਂਕਿ ਹਿੰਦੂਆਂ 'ਚ ਹੀ ਪਛੜੀਆਂ ਜਾਤਾਂ ਹੁੰਦੀਆਂ ਨੇ, ਕਿਸੇ ਹੋਰ ਧਰਮ ਵਿੱਚ ਨਹੀਂ। ਇਸ ਦੇ ਖਿਲਾਫ ਸਿੱਖ ਮੈਂਬਰ ਜਿਹੜੇ ਬੈਠੇ ਸੀ ਉਹਨਾਂ ਨੇ ਪ੍ਰੋਟੈਸਟ ਕੀਤਾ, ਪਰ ਇੱਕ ਵੀ ਹਿੰਦੂ ਨੇ ਉਹਨਾਂ ਦਾ ਸਾਥ ਨਾ ਦਿੱਤਾ। ਕੁਝ ਸਿੱਖ ਆਗੂ ਗਿਆਨੀ ਕਰਤਾਰ ਸਿੰਘ ਦੀ ਅਗਵਾਈ ਹੈ ਡਾਕਟਰ ਰਾਜਿੰਦਰ ਪ੍ਰਸਾਦ ਅਤੇ ਜਵਾਹਰ ਲਾਲ ਨਹਿਰੂ ਪੰਡਿਤ ਨੂੰ ਮਿਲੇ, ਪਰ ਦੋਨਾਂ ਨੇ ਸਿੱਖਾਂ ਦੀ ਮਦਦ ਕਰਨ ਤੋਂ ਨਾਂਹ ਕਰ ਦਿੱਤੀ ਅਤੇ ਉਹ ਵੀ ਇਸ ਗੱਲ 'ਚ ਕਿ ਫਿਰਕਾ ਪ੍ਰਸਤੀ ਦੇ ਸਿਰੇ 'ਤੇ ਪਹੁੰਚੇ ਹੋਏ ਸਨ। ਰਾਜਿੰਦਰ ਪ੍ਰਸਾਦ ਦਾ ਜਿਹੜਾ ਬੜਾ ਅਜੀਬ ਜਿਹਾ ਕਿਰਦਾਰ ਰਿਹਾ, ਲੋਕ ਉਸਨੂੰ ਬੜਾ ਨਿਰਪੱਖ ਜਿਹਾ ਸਮਝਦੇ, ਪਰ ਉਹ ਵੀ ਬ੍ਰਾਹਮਣ ਹੋਣ ਦੇ ਨਾਤੇ ਜਿਹੜਾ ਉਹ ਫਿਰਕਾ ਪ੍ਰਸਤੀ ਦਾ ਪੂਰਾ ਸ਼ਿਕਾਰ ਸੀ। ਅਖੀਰ ਜਦੋਂ ਬਹੁਤ ਰੌਲਾ ਪੈ ਗਿਆ ਤਾਂ ਪਟੇਲ ਨੇ ਰਵਿਦਾਸੀਆਂ ਯਾਨੀ ਚਮਾਰਾਂ ਕਬੀਰਪੰਥੀਆਂ ਜੁੜਾਇਆਂ ਮਜ਼ਹਬੀਆਂ ਅਤੇ ਸਿਕੜੀਗਰਾਂ ਨੂੰ ਪਛੜੀਆਂ ਜਾਤਾਂ ਵਿੱਚ ਰੱਖਣਾ ਮੰਨ ਲਿਆ। ਇਸ ਦਾ ਮਤਲਬ ਸਾਫ਼ ਇਹ ਸੀ ਕਿ ਬਾਕੀ ਜਿਹੜੇ ਅਖੌਤੀ ਪਛੜੀਆਂ ਜਾਤਾਂ ਦੇ ਸਿੱਖ ਨੇ ਉਹਨਾਂ ਚੋਂ ਜਿਹੜੇ ਕਮਜ਼ੋਰ ਨੇ ਉਹਨਾਂ ਨੂੰ ਰਾਖਵਾ ਕਰਨ ਦਾ ਫਾਇਦਾ ਨਹੀਂ ਮਿਲੇਗਾ ਅਤੇ ਉਹ ਆਪਣੇ ਆਪ ਹੀ ਸਿੱਖ ਧਰਮ ਛੱਡ ਕੇ ਹਿੰਦੂ ਬਣ ਜਾਣਗੇ ਕਿਉਂਕਿ ਉਹ ਉੱਥੇ ਆ ਕੇ ਰਾਖਵਾ ਕਰਨ ਲੈ ਸਕਣਗੇ। ਪਰ ਜਦ 1953 'ਚ ਕਾਨੂੰਨ ਬਣ ਗਿਆ ਤਾਂ ਇਸ ਹੇਠ ਸਿੱਖਾਂ ਨਾਲ ਵਿਤਕਰਾ ਸ਼ੁਰੂ ਹੋ ਗਿਆ ਸ਼ੁਰੂ, ਤਾਂ ਇਸ ਸੰਬੰਧੀ ਕਾਰਵਾਈ ਕਰਨ ਵਾਸਤੇ ਅਕਾਲੀ ਦਲ ਨੇ 30 ਸਤੰਬਰ 1953 ਨੂੰ ਅਨੰਦਪੁਰ ਸਾਹਿਬ ਵਿੱਚ ਇੱਕ ਕਨਵੈਨਸ਼ਨ ਬੁਲਾ ਲਈ ਜਿਸ ਵਿੱਚ 50,000 ਤੋਂ ਵੱਧ ਸਿੱਖਾਂ ਨੇ ਹਿੱਸਾ ਲਿਆ। ਇਸ ਵਿੱਚ ਮਾਸਟਰ ਤਾਰਾ ਸਿੰਘ ਨੇ ਐਲਾਨ ਕੀਤਾ ਕਿ ਮੈਂ ਪਛੜੀਆਂ ਜਾਤਾਂ ਦੇ ਸਿੱਖਾਂ ਨਾਲ ਹੋ ਰਹੇ ਵਿਤਕਰਿਆਂ ਨੂੰ ਦੂਰ ਕਰਾਉਣ ਵਾਸਤੇ ਜੱਥਾ ਲੈ ਕੇ ਦਿੱਲੀ ਜਾਵਾਂਗਾ। ਤਾਂ ਉੱਧਰ ਸਿੱਖ ਪਛੜੀਆਂ ਜਾਤਾਂ ਨੂੰ ਹਿੰਦੂਆਂ ਦਾ ਹੱਕ ਦਿਵਾਉਣ ਲਈ 70 ਪਾਰਲੀਮੈਂਟ ਮੈਂਬਰ ਜਿਹੜੇ ਨੇ ਉਹਨਾਂ ਨੇ ਬਿਆਨ ਦਿੱਤਾ ਅਤੇ ਉਹ ਹੀ ਮੰਨ ਗਏ। ਜਦ ਸਰਕਾਰ ਫਿਰ ਵੀ ਨਾ ਮੰਨੀ ਤਾਂ ਮਾਸਟਰ ਤਾਰਾ ਸਿੰਘ ਨੇ ਐਲਾਨ ਕੀਤਾ ਕਿ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਔਰੰਗਜ਼ੇਬ ਦੇ ਅੱਗੇ ਜਾ ਕੇ ਕੁਰਬਾਨੀ ਦਿੱਤੀ ਸੀ, ਮੈਂ ਔਰੰਗਜ਼ੇਬ ਨਹਿਰੂ ਦੇ ਅੱਗੇ ਜਾ ਕੇ ਕੁਰਬਾਨੀ ਦਿਆਂਗਾ। ਜੱਥਾ ਪਿੰਡਾਂ ਵਿੱਚੋਂ ਹੁੰਦਾ ਹੋਇਆ ਨਵੰਬਰ 1953 ਵਿੱਚ ਦਿੱਲੀ ਪਹੁੰਚਣਾ ਸੀ। ਰਾਹ ਵਿੱਚ ਮਾਸਟਰ ਤਾਰਾ ਸਿੰਘ 20 ਅਕਤੂਬਰ ਦੇ ਦਿਨ ਬਿਮਾਰ ਹੋ ਗਿਆ, ਪਰ ਜੱਥਾ ਇਸ ਦੇ ਬਾਵਜੂਦ ਵੀ ਜਿਹੜਾ ਉਹ ਚੱਲਦਾ ਰਿਹਾ। ਤੋ ਸਾਰੇ ਪਾਸੇ ਜਿਹੜਾ ਇਹਦਾ ਨਤੀਜਾ ਆ ਵੀ ਸਾਰੇ ਪਾਸੇ ਪਛੜੀਆਂ ਜਾਤਾਂ ਦੇ ਸਿੱਖ ਅਤੇ ਦੂਜੇ ਸਿੱਖ ਜਿਹੜੇ ਸਨ ਉਹਨਾਂ 'ਚ ਇਸ ਗੱਲ ਦਾ ਪ੍ਰਚਾਰ ਹੁੰਦਾ ਰਿਹਾ। ਆਚਾਰਿਆ ਕਿਰਪਾਲਾਨੀ ਬੜਾ ਵੱਡਾ ਜਿਹੜਾ ਸੋਸ਼ਲਿਸਟ ਲੀਡਰ ਸੀਗਾ, ਕਾਂਗਰਸ ਪਾਰਟੀ 'ਚ ਬੈਠਾ ਸੀਗਾ, ਉਸਨੇ ਵੀ ਸਿੱਖਾਂ ਦੀਆਂ ਮੰਗਾਂ ਦੀ ਹਿਮਾਇਤ ਕੀਤੀ, ਪਰ ਅਫਸੋਸ ਦੀ ਗੱਲ ਇਹ ਹੈ ਕਿ ਕਾਂਗਰਸ ਵਿੱਚ ਬੈਠੇ ਕਿਸੇ ਇੱਕ ਸਿੱਖ ਨੇ ਵੀ ਸਿੱਖਾਂ ਦੇ ਹੱਕਾਂ ਦੇ ਵਿੱਚ ਜਿਹੜੀ ਹੈ ਆਵਾਜ਼ ਨਾ ਉਠਾਈ। ਐਡੇ ਖੁਦਗਰਜ਼ ਅਤੇ ਬੇਈਮਾਨ ਸਨ ਇਹ ਜਿਹੜੇ ਕਾਂਗਰਸ ਵਿੱਚ ਬੈਠੇ ਹੋਏ ਪਗੜੀ ਧਾਰੀ ਲੋਕ। ਖੈਰ, ਮੌਕੇ ਦੀ ਨਜ਼ਾਕਤ ਨੂੰ ਵੇਖਦਿਆਂ ਹੋਮ ਮਿਨਿਸਟਰ ਕਾਟਚੂ ਨੇ ਐਲਾਨ ਕੀਤਾ ਕਿ ਹਿੰਦੂ ਪਛੜੀਆਂ ਜਾਤਾਂ ਨੂੰ ਮਿਲਣ ਵਾਲੇ ਸਾਰੇ ਹੱਕ ਜਿਹੜੇ ਆ ਸਿੱਖ ਪਛੜੀਆਂ ਜਾਤਾਂ ਨੂੰ ਵੀ ਮਿਲਣਗੇ। ਇਸ ਕਰਕੇ ਇਸ ਤੋਂ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ 18 ਨਵੰਬਰ 1953 ਨੂੰ ਇਹ ਮੋਰਚਾ ਜਿਹੜਾ 30 ਸਤੰਬਰ ਵਾਲਾ ਜਿਹੜਾ ਸੀ ਵਾਪਸ ਲੈ ਲਿਆ। ਇਸ ਤਰ੍ਹਾਂ 1981 ਦੀ ਗੱਲ ਹੈ, 30 ਸਤੰਬਰ 1981 ਅਸੀਂ ਜਾਣਦੇ ਕਿ 29 ਸਤੰਬਰ 1981 ਦੇ ਦਿਨ ਦਲ ਖਾਲਸਾ ਦੇ ਕੁਝ ਵਰਕਰਾਂ ਨੇ ਹਵਾਈ ਜਹਾਜ਼ ਹਾਈਜੈਕ ਕਰਕੇ ਲਾਹੌਰ ਲਿਜਾ ਕੇ ਅਤੇ ਪ੍ਰੋਟੈਸਟ ਕੀਤਾ ਸੀਗਾ ਕਿ ਪਿੰਡਾਂ ਵਾਲਿਆਂ ਨੂੰ ਰਿਹਾਅ ਕੀਤਾ ਜਾਏ ਅਤੇ ਖਾਲਿਸਤਾਨ ਦੀਆਂ ਹੋਰ ਜਿਹੜੀਆਂ ਕੈਦੀਆਂ ਨੂੰ ਵੀ ਰਿਹਾਅ ਕਰ ਦਿੱਤਾ ਜਾਏ ਅਤੇ ਮੁਆਵਜ਼ੇ ਦਿੱਤੇ ਜਾਣ। ਤੋ ਕਿਉਂਕਿ 29 ਸਤੰਬਰ ਨੂੰ ਉਹਨਾਂ ਨੇ ਹਾਈਜੈਕ ਕਰਨ ਲਈ ਆਪਣੀ ਕਿਰਪਾਨਾਂ ਦੀ ਵਰਤੋਂ ਕੀਤੀ ਸੀ ਗਜਿੰਦਰ ਸਿੰਘ ਨੇ, ਤੋ ਕਿਰਪਾਨ ਦੀ ਵਰਤੋਂ ਦਾ ਮਤਲਬ ਨਤੀਜਾ ਇਹ ਸੀਗਾ ਕਿ ਇਸ ਤੋਂ ਬਾਅਦ ਹੋਰ ਵੀ ਜਹਾਜ਼ ਜਿਹੜੇ ਨੇ ਹਾਈਜੈਕ ਹੋ ਸਕਦੇ ਨੇ। ਤੋ 30 ਸਤੰਬਰ 1981 ਦੇ ਦਿਨ ਜਿਹੜਾ ਭਾਰਤ ਸਰਕਾਰ ਨੇ ਹਵਾਈ ਜਹਾਜ਼ ਵਿੱਚ ਕਿਰਪਾਨ ਨਾਲ ਲਿਜਾਣ ਦੇ ਉੱਤੇ ਵੀ ਪਾਬੰਦੀ ਲਾ ਦਿੱਤੀ। ਸੋ ਦਲ ਖਾਲਸਾ ਜਿਹੜਾ ਹਾਈਜੈਕਿੰਗ ਸੀ ਉਸਨੇ ਕਿਰਪਾਨ ਵੀ ਜਿਹੜੀ ਹੈ ਜਹਾਜ਼ 'ਚ ਲਿਜਾਣ 'ਤੇ ਪਾਬੰਦੀ ਲਵਾ ਦਿੱਤੀ। ਇਸ ਤੋਂ ਬਾਅਦ ਸਾਡੇ ਕੋਲ ਨਕਲੀ ਮੁਕਾਬਲੇ ਦੀਆਂ ਘਟਨਾਵਾਂ ਨੇ। 1987 ਦੀ 30 ਸਤੰਬਰ ਦੇ ਦਿਨ ਖਾੜਕੂਆਂ ਦੇ ਇੱਕ ਜਥੇ ਨੇ ਤੋਲੇ ਨੰਗਲ ਵਿੱਚ ਇੱਕ ਪੁਲਿਸ ਟੋਲੀ 'ਤੇ ਹਮਲਾ ਕੀਤਾ। ਤੋ ਜਦੋਂ ਹਮਲਾ ਕੀਤਾ ਤਾਂ ਜੇ 3 ਪੁਲਿਸੀਏ ਮਾਰੇ ਗਏ ਅਤੇ ਖਾੜਕੂ ਉਹਨਾਂ ਦੇ ਹਥਿਆਰ ਲੈ ਕੇ ਵੀ ਨਿਕਲ ਗਏ। ਇਹਨਾਂ ਵਿੱਚੋਂ 2 ਸੁਰਿੰਦਰ ਸਿੰਘ ਸੋਢੀ ਅਤੇ ਭੁਪਿੰਦਰ ਸਿੰਘ ਪਿੰਦਾ ਇੱਕ ਪਾਸੇ ਨਿਕਲ ਗਏ ਅਤੇ 3 ਜਿਹੜੇ ਸਨ ਸੁਖਦੇਵ ਸਿੰਘ ਪਧਲੀ, ਸਤਨਾਮ ਸਿੰਘ ਛੀਨਾ ਅਤੇ ਕੁਲਦੀਪ ਸਿੰਘ ਤੋਲੇ ਨਗਰ ਜਿਹੜੇ ਨੇ ਇੱਕ ਮੋਟਰਸਾਈਕਲ 'ਤੇ ਚੱਲ ਪਏ।
रस्ते च मोटरसाइकिल खराब हो गया, उधर पुलिस का घेरा पै गया। सुखदेव सिंह पदरी ते सतनाम सिंह छीना, सुखदेव सिंह पदरी ने सतनाम सिंह छीना ते कुलदीप सिंह तोले नगर नूं निकल जाण वास्ते कहा कि मैं आप मोर्चा संभाल लवांगा। सो वह निकल गए ते उस दीआं गोलियां नाल बहुत सारे पुलिस सिपाही मारे गए। तो अखीर उसने आपने भी सुखदेव सिंह पदरी ने भी इस पुलिस मुकाबले च असली पुलिस मुकाबले शहीदी हासिल की। फिर 30 सितंबर 1999 की घटना है कि इस दिन पंजाब पुलिस ने कुलदीप सिंह वासी लुधी माजरा रोपड़, मखर सिंह वासी पवादड़ा जलंधर, महल सिंह वासी पंडोरी गोल अमृतसर, चिड़त सिंह दिलरा वासी जौर, राजू सिंह अमृतसर, दर्शन सिंह पुत्र दयाल सिंह वासी महबूतपुरा अमृतसर, हरजिंदर सिंह वासी सखीरा, अवतार सिंह वासी ठेठर के गुरदासपुर, रुपिंदर सिंह रूपी वासी खलवाड़ा गेट फगवाड़ा, हरजिंदर सिंह वासी किशनपुर कला फिरोजपुर, ते कई होर सिखां नूं नकली मुकाबले च 30 सितंबर 1999 दे दिन शहीद किया। फिर साढ़े को 1990 की घटना है, 1990 सानूं एग्जैक्ट तारीखां कुछ नहीं मिलदियां, पर इन्हां पता भी उस सितंबर में शहीद किए गए सन, क्योंकि सितंबर दियां अखबारां विच इन्हां दे नाम छपे सन। तो 30 सितंबर पहला तो 30 सितंबर की गल है, इस दिन पुलिस ने गुरजीत सिंह उर्फ कंती वासी डीरखरा गुरदासपुर, बलविंदर सिंह वासी चीमा खोडी, सुखबीर सिंह उर्फ पिंका वासी कमालपुरा, सतनाम सिंह सत्ता एमए वासी संगतपुरा गुरदासपुर, नाहर सिंह वासी मदलोके फिरोजपुर, कुलदीप सिंह वासी खडूर साहब अमृतसर, प्रगट सिंह वासी सुर सिंह, सरविंदर सिंह छिंदू वासी सुर सिंह, बलविंदर सिंह बिल्ला उर्फ तूफान सिंह, उजागर सिंह कैरमवाल वासी गुरु की विडारी चढ़दी पट्टी अमृतसर, सुखविंदर सिंह पट्टू उर्फ मस्तगढ़ वासी मस्तगढ़, मनजीत सिंह बबर वासी दुर्गाबाद, जसवंत सिंह टीटू वासी छिथ, ते हरजिंदर सिंह उर्फ गुलाब सिंह वासी छिथ, रेशम सिंह बब्बी वासी रत्ताखेड़ा फरीदकोट, प्रताप सिंह उर्फ कैरों उर्फ डॉक्टर कबरवाला वासी सदरवाला फरीदकोट, हरभजन सिंह मस्ताना वासी बलपुरिया, कुलदीप सिंह कीपा वासी बलपुरिया, बलदेव सिंह बिल्ला वासी बलपुरिया, दयाल सिंह ढोला वासी चिराग वाली पिंड, मुख्तियार सिंह मुखा वासी सरूवाल, फतेह सिंह वासी रत्ता गुड्डा पिंड, सुबेक सिंह दलेरा वासी फतेहगढ़ सबराह, जोगा सिंह वासी चब्बा, जगरूप सिंह वासी भंगड़, बलजीत सिंह वासी हसन पट्टी, सेवक सिंह वासी पहलू वाला, तरसेम सिंह वासी तेजा वीला, दलीप सिंह ताया वासी धारीवाल सोईयां, गुरजंट सिंह वासी चूसरेवड़, सुखदेव सिंह सुखा वासी भगूपुर अमृतसर, राम सिंह वासी कुराली रोपड़, ते होर कई सिखां नूं नकली मुकाबलियां विच शहीद कर दिता। ये सारे दे सारे नाम हन जिहड़े कि 1990 दे हन। इस तों बाद साढ़े कोल 1992 दे भी हन कि 30 सितंबर 1992 दे दिन पुलिस ने बलविंदर सिंह शाहपुर अमृतसर विच ते गुरदीप सिंह फौजी बटाला विच नकली मुकाबलियां विच शहीद कर दिते। 1912 की साढ़े को लंडन की घटना है कि 1912 की 30 सितंबर के दिन दरबार साहब से हमला करने वाले भारतीय फौज का जो मुखी सीगा कुलदीप बराड़ जो उसके उत्ते लंडन में हमला किया गया। सो वुलवरहैम्पटन के कुछ सिखा ने दरबार साहब से हमला करने वाले इस 78 साल जो भारतीय फौज का मुखी से उस कुलदीप बराड़ के उत्ते जिसमानी हमला किया। उसकी पत्नी मीना भी जा रही थी लंडन में। इस बेहूदा हमले में बराड़ को जरा मासा सट लगी, पर इस केस में चार सिखा बलजिंदर सिंघा, मनदीप सिंह संधू, दिलबाग सिंह ते हरजीत कौर को गिरफ्तार करके उन्होंने मुकदमा चलाया गया। 31 जुलाई 2013 के दिन साउथ वार्क क्राउन कोर्ट अदालत की अदालत ने उन्होंने दोषी गिरदान के थे 11 दिसंबर 2013 के दिन सजा सुनाई। अदालत ने बलजिंदर सिंह सिंघा ते दिलबाग सिंह 14-14 साल, मनदीप सिंह संधू नूं 10 साल ते हरजीत कौर नूं 11 साल की कैद की सजा सुनाई। एक होर सिख नूं मगरों लखबीर सिंह नूं इटली तो फड़ के लिया गया ते उसके उत्ते 21 मार्च 2014 के दिन अदालत ने चार्ज करके उसनूं 10 साल की कैद की सजा दी। यह दिलचस्प गल है कि 5 जणियां ने एक 78 साल के बंदे ते हमला किया, उसनू दो कुछ झरीटा तो सुआ उसका कुछ ना बिगाड़ सके, तो 5 जणे जड़े इन्ने साल वास्ते कैद हो गए। इस तरह का सियाणप भरिया हमला जिहड़ा है ये कोई माने नहीं सी रखता। इस तरह 2013 की घटना है कि 30 सितंबर 2013 दिन संगरूर सैशन जज ने कमलजीत सिंह जिहड़ा पुत्र बंत सिंह जिहदे उत्ते सरसा डेरे वाले ने हमला करके उसनूं गोली मार के मार दिता सीगा, उहदे सरसा डेरे दे 14 पैराकारां ते केस चलिया सीगा, उहनां विच्चों इक तां मर चुका सी, भगौड़ा करा दिता सीगा, ते बाकी जिहड़े 14 जिहड़े रह गए सन 16 चों इहनां नूं सारिआं नूं अदालत ने बरी कर दिता। चेते रहे कि इह घटना उह सी कि 17 जून 2003 दे दिन सरसा दे साथ गुरमीत राम रहीम दे खिलाफ़ रोस मुजाहरे विच सुनाम विच साध दे
ਚੇਦਿਆਂ ਨੇ ਡੇਰੇ ਦੇ ਅੰਦਰੋਂ ਗੋਲੀ ਚਲਾ ਕੇ ਇਸ ਕਮਲ ਸਿੰਘ ਨੂੰ ਸ਼ਹੀਦ ਕਰ ਦਿੱਤਾ ਸੀ। ਮਗਰੋਂ ਜਿਹੜਾ ਇਸ ਕੇਸ 'ਚ ਜਿਹੜੇ ਡੇਰੇ ਦੇ ਉੱਤੇ ਜਿਹੜਾ ਕੇਸ ਸੀਗਾ ਹਮਲੇ ਦਾ ਜਿਹੜਾ ਕੀਤਾ ਆ ਉਹ ਕੇਸ ਜਿਹਨਾਂ ਨੇ ਕੀਤਾ ਸੀ ਜਿਹੜੇ ਗੋਹਾ ਸਨ ਉਹਨਾਂ ਨੇ ਜਾ ਕੇ ਅਕਾਲੀ ਦਲ ਦੇ ਬਾਦਲ ਅਕਾਲੀ ਦਲ ਸਨ ਉਹਨਾਂ ਨੇ ਜਾ ਕੇ ਸਤੰਬਰ 2016 ਵਿੱਚ ਇਹਨਾਂ ਕੋਲੋਂ ਮੁਆਫ਼ੀ ਵੀ ਮੰਗ ਲਈ। ਇਹ ਸਨ ਘਟਨਾਵਾਂ ਜਿਹੜੀਆਂ 30 ਸਤੰਬਰ ਨੂੰ ਹੋਈਆਂ ਅਤੇ ਤਾਰੀਖ ਨੇ ਰਿਕਾਰਡ ਕੀਤੀਆਂ ਹਨ। ਸ਼ੁਕਰੀਆ।